ਉਹ ਦੂਜਾ ਵੀ ਉਹਨੂੰ ਚੰਗਾ ਸਮਝਦਾ ਹੈ ਉਹ ਸਾਰੇ ਚੀਜ਼ ਨੂੰ ਪ੍ਰੀਜ਼ਰਵ ਕਰਨ ਦੇ ਵਾਸਤੇ ਕੁਝ ਲੋਕਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਐਂਡ ਮੈਂ ਉਹਨਾਂ ਤੋਂ ਕੁਝ ਐਕਸਪੈਕਟ ਨਹੀਂ ਕਰਦਾ ਇਲੈਕਸ਼ਨ ਲੜ ਕੇ ਨਹੀਂ ਬਣੀ ਇਸ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਜਦ ਬੀਜੇਪੀ ਇਹ ਤੋਂ ਜਿੱਤੀ ਹੋਈ ਸੀ ਸਰਵੇ ਹੋ ਕੇ ਨੰਬਰ ਨਾਲ ਆਪਣਾ ਖੁਸ਼ੀ ਦਾ ਪ੍ਰਗਟਾਵਾ ਕਰਨ ਆਏ ਸਨ ਕਿ ਜੋ ਕੱਲ ਫੈਸਲਾ ਹੋਇਆ ਉੱਥੋਂ ਕੇਂਦਰ ਸਰਕਾਰ ਵੱਲੋਂ ਉਹ ਉਹਨਾਂ ਦੀ ਜ਼ਮੀਨ ਦਾ ਜਿਹੜਾ ਕਿ ਮੈਂ ਹਮੇਸ਼ਾ ਕਹਿੰਦਾ ਸਾਂ ਕਿ ਇਸੇ ਤਰ੍ਹਾਂ ਹੋਏਗਾ ਤੁਹਾਨੂੰ ਆਪਣੀ ਜ਼ਮੀਨ ਦੀ ਵਾਜਬ ਕੀਮਤ ਮਿਲੇਗੀ ਕਾਨੂੰਨ ਦੇ ਤਹਿਤ ਤਰੀਕੇ ਹੁੰਦੇ ਨੇ ਟਾਈਮ ਲੱਗਦਾ ਗੱਲ 'ਤੇ ਉਹ ਤਾਂ ਆਪਦਾ ਖੁਸ਼ੀ ਦਾ ਅੱਜ ਪ੍ਰਗਟਾਵਾ ਕਰਨ ਵਾਸਤੇ ਐਪਰੀਸ਼ੀਏਟ ਕਰਨਾ ਹੈ ਆਊਟ ਆਫ ਇੰਡੀਆ ਟੂ ਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਈ ਹੈਵਨਟ ਸੀਨ ਦੈਟ ਬਟ ਵਾਟ ਆਈ ਫੀਲ ਇਜ਼ ਦੀਜ਼ ਐਕੁਜ਼ੀਸ਼ਨਸ ਆਰ ਪੁੱਟ ਔਨ ਹੋਲਡ ਦੀ ਮੈਟਰ ਵਿਲ ਬੀ ਰਿਵਿਊਡ ਆਫਟਰ ਦੀ ਇਲੈਕਸ਼ਨਸ ਇਨ ਵਿਊ ਆਫ ਦੀ ਪਾਲਿਸੀ ਵਿਚ ਇਜ਼ ਆਲਰੇਡੀ ਇਨ ਐਗਜ਼ਿਸਟੈਂਸ ਬਟ ਵਿਚ ਵਾਸ ਬੀਂਗ ਗਿਵਨ ਅ ਸਟੈਚੂਟਰੀ ਸ਼ੇਪ ਵਿਚ ਵਾਸ ਸਟਾਲਡ ਐਂਡ ਸਟਾਈਮੀਡ ਬਾਈ ਦੀ ਓਪੋਜੀਸ਼ਨ ਪਰਟੀਕੁਲਰਲੀ ਦ ਬੀਜੇਪੀ ਦੈਟ ਲਾਅ ਵਿਲ ਬੀ ਪਾਸਡ ਐਂਡ ਦੀਜ਼ ਪੀਪਲ ਵਿਲ ਗੈਟ ਦੇਅਰ ਲੈਜੀਟੀਮੇਟ ਡਿਊ ਅਕੋਰਡਿੰਗ ਟੂ ਦ ਲਾਅ ਵਿਚ ਵੁੱਡ ਦੈਨ ਪ੍ਰੀਵੇਲ से काम ले सकते तो मैं इन्हें जिया है कहता हूं और आपसे अपील है कि हमें एक जुट एक मुठ एक फ्लैग के नीचे जहां भी कम से कम ये तीन चार सेक्टर हैं इनमें जहां भी इनको निमंत्रित किया जाए हमें खुशी से 37 सी मिनी मार्केट के सामने है इसके अलावा और प्रोग्राम जो हमारे लीडर देते हैं उनको हमें स्वीकार करके कोशिश करनी चाहिए सारे पहुंचे ताकि एक ऐसा माहौल बने एक ऐसी हवा चले। अज सानू बड़ी खुशी है कि बांसल साहब साढ़े बेच ने और असी इन्हां नू जिया आखदे हां सैक्टर 37, 38, 38 वैसट दे जिहड़े इत्थे एकत्र होए सज्जण ने उन्हां वल्लों बांसल साहब बारे बहुता कहण दी लोड़ नहीं एक ही इज़ ए मैन ऑफ द मासेस ईजीली अप्रोचेबल ने इहो जे साडे एडवोकेट कैटेगरी नूं भी संबंध रखते हैं साडा हाईकोर्ट जिहड़ी है।